ਡੇਰਾ ਬਾਬਾ ਨਾਨਕ ਦੇ ਜ਼ੀਰੋ ਪੁਆਇੰਟ ਦੇ ਉੱਪਰ ਕਰਤਾਰਪੁਰ ਕੋਰੀਡੋਰ ਦੇ ਸੰਚਾਲਨ ਨੂੰ ਲੈ ਕੇ ਭਾਰਤ ਨੇ ਪਾਕਿਸਤਾਨ ਦੇ ਨਾਲ ਸਮਝੌਤਿਆਂ ਤੇ ਹਸਤਾਖਰ ਕੀਤੇ ਨੇ ਤੇ ਇਸ ਦੇ ਨਾਲ ਹੀ ਗ੍ਰਹਿ ਮੰਤਰਾਲਿਆਂ ਦੇ ਕਈ ਪ੍ਰਤੀਨਿਧੀਆਂ ਦੇ ਨਾਲ ਪੰਜਾਬ ਸਰਕਾਰ ਦੇ ਪ੍ਰਤੀਨਿਧੀ ਵੀ ਮੌਜੂਦ ਰਹੇ ਜਿਨ੍ਹਾਂ ਪਾਕਿਸਤਾਨ ਦੇ ਨਾਲ ਕਈ ਸਮਝੌਤਿਆਂ ਦੇ ਉੱਪਰ ਸਾਈਨ ਕੀਤੇ। ਭਾਰਤੀ ਮੂਲ ਦੇ ਸਾਰੇ ਧਰਮਾਂ ਦੇ ਲੋਕ ਕਰਤਾਰਪੁਰ ਸਾਹਿਬ ਜਾ ਸਕਣਗੇ। ਯਾਤਰਾ ਵੀਜ਼ਾ ਮੁਕਤ ਹੋਵੇਗੀ। ਯਾਤਰੀਆਂ ਨੂੰ ਸਿਰਫ ਪਾਸਪੋਰਟ ਦੀ ਹੀ ਲੋੜ ਪਵੇਗੀ। ਕੋਰੀਡੋਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁੱਲ੍ਹਾ ਰਹੇਗਾ। ਸਵੇਰੇ ਯਾਤਰਾ ਸ਼ੁਰੂ ਕਰਨ ਵਾਲੇ ਯਾਤਰੀ ਨੂੰ ਉਸੇ ਦਿਨ ਵਾਪਸੀ ਕਰਨੀ ਪਵੇਗੀ। ਕੋਰੀਡੋਰ ਪੂਰਾ ਸਾਲ ਚਾਲੂ ਰਹੇਗਾ। ਯਾਤਰੀ ਇਕੱਲਿਆਂ, ਗਰੁੱਪ ਵਿੱਚ ਜਾਂ ਫਿਰ ਪੈਦਲ ਯਾਤਰਾ ਵੀ ਕਰ ਸਕਣਗੇ। ਭਾਰਤ ਯਾਤਰਾ ਤੋਂ 10 ਦਿਨ ਪਹਿਲਾਂ ਯਾਤਰੀਆਂ ਦੀ ਸੂਚੀ ਪਾਕਿਸਤਾਨ ਨੂੰ ਭੇਜੇਗਾ। ਪਾਕਿਸਤਾਨ ਯਾਤਰਾ ਤੋਂ ਸਿਰਫ 4 ਦਿਨ ਪਹਿਲਾਂ ਯਾਤਰੀਆਂ ਨੂੰ ਯਾਤਰਾ ਸੰਬੰਧੀ ਪੁਸ਼ਟੀ ਕਰੇਗਾ। ਪਾਕਿਸਤਾਨ ਨੇ ਭਾਰਤ ਨੂੰ ਲੰਗਰ ਅਤੇ ਪ੍ਰਸ਼ਾਦ ਵੰਡਣ ਦੀ ਪੂਰੀ ਤਿਆਰੀ ਰੱਖਣ ਦਾ ਭਰੋਸਾ ਵੀ ਦਿੱਤਾ ਹੈ। ਇਸ ਮੌਕੇ ਬੁਲਾਰੇ ਨੇ ਦੱਸਿਆ ਕਿ ਭਾਰਤ ਵਾਲੇ ਪਾਸੇ 9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕਰ ਦਿੱਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਯਾਤਰੀਆਂ ਦੀ ਸਧਾਰਨ ਆਨਲਾਈਨ ਰਜਿਸਟ੍ਰੇਸ਼ਨ ਸੰਬੰਧੀ ਪ੍ਰਕਾਸ਼ਪੁਰਬ 550.mha.gov.in ਦੇ ਨਾਂ ਤੇ ਪੋਰਟਲ ਵੀ ਜਾਰੀ ਕਰ ਦਿੱਤਾ ਗਿਆ, ਜਦਕਿ ਅਧਿਕਾਰਕ ਤੌਰ ਤੇ ਇਸ ਪੋਰਟਲ ਦੇ ਉੱਪਰ ਬੁਕਿੰਗ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਇਨੋਗਰਲ ਸੈਰੇਮਨੀ ਗਵਰਨਮੈਂਟ ਆਫ ਇੰਡੀਆ ਕੇ ਲੈਵਲ ਕਾ ਹੈ, ਵੋ ਸਟੇਟ ਗਵਰਨਮੈਂਟ ਕੇ ਕੰਸਲਟੇਸ਼ਨ ਨੂੰ ਅਲੱਗ ਸੇ ਹੋ ਰਹੀ ਹੈ, ਉਸਕਾ ਮੈਂ ਯਹਾਂ ਨਹੀਂ ਕਹਿ ਸਕਤਾ, ਉਸ ਐਪਰੋਪ੍ਰੀਏਟ ਲੈਵਲ ਪੇ ਹੋ ਰਹਾ ਹੈ, ਇਨੋਗਰਲ ਹੋ ਰਿਹਾ। ਬਸ ਇਤਨਾ ਮੈਂ ਕਹਿ ਸਕਤਾ ਹੂੰ ਕਿ 9 ਤਾਰੀਖ ਕੋ ਇਨੋਗਰੇਸ਼ਨ ਕੀ ਮਨਸ਼ਾ ਹੈ ਔਰ ਸੰਭਾਵਨਾ ਹੈ 9 ਤਾਰੀਖ ਕੋ ਇਨੋਗਰੇਸ਼ਨ ਹੋ ਜਾਏਗਾ। ਇਸ ਲਈ ਹਮਨੇ 10 ਤਾਰੀਖ ਸੇ ਆਪਕੀ ਆਪਕੇ ਲਈ ਪੋਰਟਲ ਨਾਰਮਲ ਬੁਕਿੰਗ ਕੇ ਲਈ ਅਵੇਲੇਬਲ ਕਰਾ ਦੀ ਹੈ, ਬਟ ਇਨੋਗਰੇਸ਼ਨ 9 ਤਾਰੀਖ ਕੋ ਐਪਰੋਪ੍ਰੀਏਟ ਲੈਵਲ ਕਿਉਂਕਿ ਉਸਕੀ ਮੋਡੈਲਿਟੀ ਅਲੱਗ ਸੇ ਬਨ ਰਹੀ ਹੈ, ਵੋ ਗਵਰਨਮੈਂਟ ਅਨਾਊਂਸ ਕਰੇਗੀ, ਗਵਰਨਮੈਂਟ ਐਪਰੋਪ੍ਰੀਏਟ ਲੈਵਲ ਪੇ ਅਨਾਊਂਸ ਕਰੇਗੀ। ਦੱਸ ਦਈਏ ਕਿ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਰਜਿਸਟ੍ਰੇਸ਼ਨ ਵੇਲੇ $20 ਫੀਸ ਵੀ ਭਰਨੀ ਪਵੇਗੀ, ਜਿਸ ਸੰਬੰਧੀ ਭਾਰਤ ਨੇ ਅੱਜ ਵੀ ਪਾਕਿਸਤਾਨ ਦੇ ਨਾਲ ਨਿਰਾਸ਼ਾ ਜ਼ਾਹਰ ਕੀਤੀ ਹੈ। ਡੇਰਾ ਬਾਬਾ ਨਾਨਕ ਤੋਂ ਸਾਹਿਲ ਮਹਿਤਾ ਦੀ ਰਿਪੋਰਟ।